राणी सी वो आंदी सी मैं वो बंदे ना व्याह करवाना जिहड़ी भी गिण जानदा जिहड़ा उत्थे बहुत वड़े वड़े मास्टर है, वड़े वड़े कलाकार है, वड़े वड़े जज है, बहुत उत्थे बैठे सीगे, पर किसी के दिमाग च गल नहीं आती सी। जो भी गिण का टाइम आया उन्हें तरीक बनी सी, जो पहला ढोल वजदे सी ढोलों से डगे लगते सी, जिवें चौकीदार पिंड दे विच होका दिंदा पैली दी लिलामी हुंदी आ, उदो पीपे खड़काउंदे हुंदे सीगे। तरीक बनती शहर नूं लोक तुरे जाण, शहर नूं तुरे जाण, मुड़ के कोई नहीं बंदा आउंदा सीगा, सारे तुरे जांदे सी। उत्थे इक भेडां वाला गंजा जाली उहनूं कहिंदे हाजरी बाहरला फकीरू, जिहड़ा उत्थे भेडां चारी जांदा सी, उहने आखिया वी तड़के दी दुनिया तुरी जांदी, मुड़ के क्यों नहीं आउंदी, की चक्कर की इह। उहने इक दो बंदे नूं पुछिया, उह आंदे तेरी भेडां वर्गी मत, तूं उहदियां भेडां चार। चुप कर गया कोई बंदा बजुर्ग सियाणा तुरिया आउंदा सीगा, उहने फिर पुछिया आउंदा वी बापू गल आ वी तड़के दी दुनिया तुरी जांदी, मुड़ के कातों नहीं आउंदी गी। ਉਹ ਆਂਦਾ ਰਾਣੀ ਹੈ ਕੋਣੇ ਵੀ ਜਿਹੜਾ ਗਿਣ ਜਾਣਦਾ ਨਾ ਉਹਦੇ ਨਾਲ ਵਿਆਹ ਕਰਾਉਣਾ ਕਿ ਨਹੀਂ, ਉਹਨੇ ਵਿਆਹ ਨਹੀਂ ਕਰਾਉਣਾ ਗਾ। ਮੈਂ ਠੀਕ ਹੈ, ਉਹਨੇ ਉੱਥੋਂ ਪੇਡਾਂ ਹਿੱਕੀਆਂ ਘਰੇ ਜਾ ਕੇ ਤਾੜਤੀਆਂ, ਉਹ ਸੀ ਸਿਰਫ ਮਾਂ ਪੁੱਤ ਦੋਵੇਂ। ਮਾਂ ਆਪਦੀ ਨੂੰ ਕਹਿੰਦਾ ਲੈ ਮਾਂ ਗੱਲ ਇਹ ਆ ਵੀ ਮੈਂ ਜਾਣਾ ਰਾਣੀ ਵਿਆਹੁਣ, ਇੱਕੇ ਉੱਥੇ ਦੁੱਕਾ ਚਾਹੇ ਦੋ ਤੋਂ ਬਣ ਜਾਂਗੇ ਤਿੰਨ, ਤਿੰਨ ਰਹਿ ਜੂ ਬੁੜੀਆ ਇੱਕ, ਜੇ ਤਾਂ ਮੈਨੂੰ ਮਾਰਤਾ ਤਾਂ ਤੂੰ ਇਕੱਲੀ ਰਹਿ ਜਾਏਂਗੀ, ਅਤੇ ਜੇ ਮੈਂ ਵਿਆਹ ਕੇ ਲਿਆਉਂਦੀ ਤਾਂ ਤਿੰਨੋਂ ਜਾਂਦੇ। ਉੱਥੋਂ ਸਰਾਜ ਕਹਿ ਕੇ ਗੱਲ ਤੁਰ ਪਿਆ, ਗਾਂ ਅੱਗੇ ਸੰਤਰੀ ਖੜਾ ਨਾਂ ਲਿਖੀ ਜਾਂਦਾ ਹੈਗਾ, ਫਲਾਨਾ ਸਿੰਘ ਜੀ ਹਾਜ਼ਰ ਜੀ, ਫਲਾਨਾ ਸਿੰਘ ਹਾਜ਼ਰ ਜੀ, ਫਲਾਨਾ ਸਿੰਘ ਵੀ, ਰਾਜਾਂ ਵਾਲੇ ਮੰਤਰੀ ਨੇ ਵੀ ਜਾ ਕੇ ਨਾਂ ਲਿਖਾ ਤਾ, ਕੀ ਨਾਂ ਗੰਜਾ ਜਾਲੀ ਮੰਤਰੀ ਸਿੰਘ ਹਾਜ਼ਰੀ ਬਾਹਰਲਾ ਫਕੀਰੂ ਲਿਖਾ ਤਾ, ਵੱਜੀ ਆਵਾਜ਼ ਸੱਦ ਲਿਆ ਸਟੇਜ 'ਤੇ। ਉਹਦੀ ਕਹਿ ਗੰਜਾ ਇੱਕ, ਉਹ ਆਂਦਾ ਬਾਬੇ ਨਾਨਕ ਨੇ ਆਖਿਆ ਏਕ ਹੈ ਮਕਾਰ, ਉਹਦੀ ਕਹਿ ਗੰਜਾ ਦੋ, ਆਂਦਾ ਦੋ ਧਰਤੀ ਸਮਾਨ, ਧਰਤੀ ਨਾ ਵੇ ਸਮਾਨ ਨਾ ਵੇ ਦੁਨੀਆ ਨਹੀਂ ਹੁੰਦੀ। ਆਂਦੀ ਕਹਿ ਗੰਜਾ ਤਿੰਨ, ਆਂਦਾ ਤਿੰਨ ਕਹਾਂ ਤਿੰਨ ਕੌਲ, ਜਿਹੜੇ ਪਹਿਲਾਂ ਸਾਧੂ ਹੁੰਦੇ ਸੀ ਤਿੰਨ ਕੌਲ ਕਰਦੇ ਸੀ, ਜੱਜ ਵੀ ਤਿੰਨ ਕੌਲ ਕਰਦਾ ਸੀ, ਚੌਥੀ ਵਾਰ ਫਾਏ ਨਹੀਂ ਦਿੰਦਾ ਸੀਗਾ, ਉਹਦਾ ਹੁਕਮ ਸੀ ਸੁੱਚੇ ਨੂੰ ਤਿੰਨ ਵਾਰਾਂ ਫਾਏ ਦਿੱਤਾ ਸੀ, ਚੌਥੀ ਵਾਰਾਂ ਫਾਏ ਨਹੀਂ ਦਿੱਤਾ ਸੀਗਾ, ਉਹਨੂੰ ਬਰੀ ਕਰਤਾ ਸੀਗਾ। ਚਾਰੇ ਵੇਦ ਕੁਰਾਨ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ, ਸਾਈਆਂ ਦੀ ਬਹਿਬਲ, ਹਿੰਦੂਆਂ ਦੀ ਰਮਾਇਣ, ਇਹ ਚਾਰੇ ਵੇਦ ਹੈ। ਇਹ ਪੰਜ ਪਾਂਡਵਾਂ ਦੁਨੀਆਂ 'ਤੇ ਹੋਏ ਆ, ਛੀਵਾਂ ਨਰਾਇਣ, ਆ ਜਿਹੜੇ ਭੀਮ ਸੈਨ ਹੋਣੀ ਸੀਗੇ ਇਹ ਵੀ ਉਹ ਪੰਜਾਂ ਪਾਂਡਵਾਂ 'ਚ ਆਉਂਦੇ ਸੀ, ਅਤੇ ਜਿਹੜੀ ਦਰੋਪਤਾ ਸੀ ਨਾ ਉਹ ਨਰਾਇਣ ਦੇ ਘਰਾਂ ਵਾਲੀ ਸੀ, ਭਰਜਾਈ ਆਉਂਦੇ ਸੀ, ਲੱਭ ਗਈ ਸੀ ਅਖੇ, ਉਹ ਪੰਜੇ ਵਰਤਦੇ ਸੀ, ਲੀੜਾ ਕੱਪੜਾ ਧੋਣ ਵਾਸਤੇ ਸੀ, ਊਂ ਤਾਂ ਨਹੀਂ ਵਰਤਣ ਵਾਸਤੇ ਸੀ ਉਹਨਾਂ ਦੇ, ਇੱਕ ਸੇਵਾ ਕਰਨ ਵਾਸਤੇ ਸੀ, ਉਹ ਦਿਓਰ ਸੀ ਉਹਦੇ, ਉਹ ਸੇਵਾ ਕਰਦੀ ਸੀ, ਰੋਟੀ ਟੁਕੜਾ ਖਵਾਉਂਦੀ ਸੀ, ਪਰ ਮਾੜਾ ਕੰਮ ਨਹੀਂ ਕਰਦੀ ਸੀ ਉਹ, ਭਰਜਾਈ ਇਹ ਨਹੀਂ ਹੁੰਦੀ ਵੀ ਮਾੜਾ ਕੰਮ ਕਰੂ ਉਹ, ਇਹ ਗੱਲ ਗਲਤ ਹੈ। ਇਹ ਸੱਤ ਦੇਵੀਆਂ ਹੋਈਆਂ ਦੁਨੀਆਂ 'ਤੇ, ਅੱਠ ਵਾਰ, ਨੌ ਨਰਾਤੇ, ਦਸਵਾਂ ਦੁਸਹਿਰਾ ਅਤੇ ਗਿਆਰਵਾਂ ਦਿਨ ਕਾਰਸੀ ਦਾ, ਕਾਰਸੀ ਦਾ ਤੁਹਾਨੂੰ ਪਤਾ ਕੀ ਹੁੰਦਾ, ਵਰਤ ਹੁੰਦੇ ਉਹ, ਮੇਰੀ ਮਾਂ ਵਰਤ ਰੱਖਦੀ ਸੀ ਕਾਰਸੀ ਦਾ, ਅਤੇ ਇੱਕ 12 ਮਹੀਨੇ ਵਰ੍ਹੇ ਦੇ ਵਿੱਚ, ਅਤੇ 13ਵਾਂ ਮਹੀਨੇ ਦਾ ਉਹ ਲੌਂਗਾਂ ਦਾ ਵਰਤ ਹੁੰਦਾ, ਜਿਹੜੀ ਬੁੜੀ ਲੌਂਗਾਂ ਦਾ ਵਰਤ ਰੱਖਦੀ ਨਾ ਉਹ ਨੱਕ 'ਚ ਲੌਂਗ ਨਹੀਂ ਪਾਉਂਦੀ, ਕੋਕਾ ਨਾ ਪਾਇਆ ਹੋਵੇ, ਡੱਕਾ ਪਾ ਲੈਂਦੀਆਂ ਬੁੜੀਆਂ, ਲੌਂਗ ਦਾ ਡੱਕਾ ਨਾ ਪਾਊ ਬੁੜੀ ਉਹ ਵਰਤ ਰੱਖਦੀ ਹੁੰਦੀ ਉਹ। 14 ਤਬਕ ਪਹਿਲਾਂ ਸਾਧੂ ਹੁੰਦੇ ਸੀ, 14 ਧੂਣੀਆਂ ਤਾਪਦੇ ਸੀ, ਪਿਪਲੀ ਵਾਲਾ ਸੰਤ ਬਜਰੀ ਦਾ ਅਤੇ ਰਾਮ ਸਰੂਪ 7 ਧੂਣੀਆਂ ਤਾਪਦਾ ਸੀ, ਪਹਿਲਾਂ 14 ਤਾਪਦੇ ਸੀ, 15 ਦਿਨ ਪੱਖ ਦੇ, ਮਹੀਨੇ 'ਚੋਂ 15 ਗਾਂਹ ਨਿਕਲ ਗਏ, 15 ਪਛਾਂ ਰਹਿ ਗਏ, 15 ਦਿਨ ਪੱਖ ਦੇ, 16 ਵਿਦਿਆ ਵਿਧਾਨ, 16 ਜਮਾਤਾਂ ਤੋਂ ਵੱਧ ਜਮਾਤ ਨੇ ਉੱਤੇ ਡਿਗਰੀਆਂ ਚੱਲ ਪੈਂਦੀਆਂ, 17ਵਾਂ ਦਿਨ ਘੜੀਆਂ ਦਾ ਬੰਦਾ ਮਰਦਾ 17 ਦਿਨਾਂ ਬਾਅਦ ਭੋਗ ਪਾਉਂਦੇ ਸੀਗੇ, 18 ਦੂਣ ਖੂਨੀ ਦਲ ਪਾਂਡਵਾਂ, ਜਿਹੜਾ ਕਛੇਤਰ ਦੀ ਧਰਤੀ 'ਤੇ ਜੰਗ ਹੋਇਆ, ਆਂਦਾ ਕੈਰੋ ਪਾਂਡਵਾਂ ਨੇ ਢੋਲਿਆ ਲੜਾਇਆ, ਤੂੰ ਵੀ ਮਰਿਆ ਪਰਦਾ, ਉਹ ਤੀਵੀਂ ਦੀ ਰੰਨ ਦਾ ਸਰਬਣ 'ਚ ਇਸ ਪਿੱਛੇ ਕੰਨਾਂ ਨੂੰ ਪੜਵਾਇਆ, ਉਹਨੇ ਫਿਰ ਆਖਿਆ ਹਾਜੜੀ ਨੇ ਆਉਂਦਾ 19ਵੀਂ ਤੂੰ ਅਤੇ 20ਵਾਂ ਮੈਂ, ਆਂਦਾ ਇੱਕ ਆ ਮੇਰਾ ਢਾਂਗਾ ਨਹੀਂ ਉੱਠ ਕੇ ਖੜੀ ਹੋ ਜਾ, ਉਹਨੇ ਕਰ ਦੂੰ ਮਾਰ ਕੇ ਲਾਂਗਾ। ਇਹ ਸੀ ਭੇਡਾਂ ਵਾਲਾ ਗੰਜਾ ਚਾਲੀ ਚਾਲੀ ਵਜੇ ਗੱਲਾਂ ਬਹੁਤ ਦੂਰ ਆ। ਹਾਂ।